ਸਹੀ ਗੱਲ ਕਰਦੇ ਨੇ ਕਿ ਦਿਲ ਦਾ ਨਹੀਂ ਮਾੜਾ ਤੁਸੀਂ ਜਾਣਦੇ ਹੋ ਕਿ ਤੁਹਾਡਾ ਸਿੱਧੂ ਮੂਸੇਵਾਲਾ ਮੈਂ ਗੱਲ ਕਰ ਰਹੀ ਹਾਂ ਸਿੱਧੂ ਮੂਸੇਵਾਲੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਇਹ ਇਦਾਂ ਦੀ ਕੀ ਲੋੜ ਹੈ ਸਭ ਤੋਂ ਪਹਿਲਾਂ ਮੈਂ ਇਹੀ ਗੱਲ ਪੁੱਛੂੰਗੀ ਕੀ ਲੋੜ ਹੈ ਜਿਹੜੀ ਤੁਸੀਂ ਬਾਰ ਬਾਰ ਕਹਿੰਦੇ ਹੋ ਕਿ ਦਿਲ ਦਾ ਨਹੀਂ ਮਾੜਾ ਤੁਹਾਡਾ ਸਿੱਧੂ ਮੂਸੇਵਾਲਾ ਕਿਉਂਕਿ ਸਿੱਧੂ ਮੂਸੇਵਾਲਾ ਦਿਲ ਦਾ ਮਾੜਾ ਹੈ ਹੀ ਨਹੀਂ ਜੀ ਤਾਂ ਕਰਕੇ ਕਹਿੰਦੇ ਕਿਉਂ ਦੱਸਣਾ ਕਿਉਂ ਪੈਂਦਾ ਹੈ ਸਭ ਨੂੰ ਇਹ ਕਹਿੰਦੇ ਆ ਲੋਕ ਆ ਕੇ ਤੁਹਾਨੂੰ ਕੁਝ ਓਏ ਬਸ ਬਸ ਮੈਂ ਆਪਣਾ ਦਿਲੋਂ ਚੱਲਣ ਵਾਲੇ ਬੰਦੇ ਹਾਂ ਜਿਹੜੀ ਚੀਜ਼ ਦਿਲੋਂ ਚੰਗੀ ਲੱਗਦੀ ਆਪਾਂ ਕਹਿ ਦਿੰਦੇ ਬਸ ਅਸੀਂ ਚੱਲੇ ਹਾਂ ਲੋਕਾਂ ਨੂੰ ਵੀ ਵਧੀਆ ਲੱਗਦੀ ਹੈ ਸੁਣਨ ਵਾਲਿਆਂ ਨੂੰ ਵਧੀਆ ਲੱਗਦੀ ਹੈ ਤਾਂ ਕਰਕੇ ਕਹਿ ਦੀ ਜੀ ਓਕੇ ਸੋ ਸਭ ਤੋਂ ਪਹਿਲਾਂ ਤਾਂ ਕੰਗ੍ਰੈਚੁਲੇਸ਼ਨਸ ਤੁਹਾਡੇ ਜਿਹੜੇ ਮਾਤਾ ਜੀ ਨੇ ਉਹ ਹਾਲੀ ਵਿੱਚ ਸਰਪੰਚ ਬਣੇ ਨੇ ਹੈ ਨਾ ਔਰ ਤੁਸੀਂ ਰੀਸੈਂਟਲੀ ਜਿਹੜਾ ਕੈਂਪ ਲਗਾਇਆ ਸੀ ਇੱਕ ਕੈਂਸਰ ਅਵੇਅਰਨੈਸ ਨੂੰ ਲੈ ਕੇ ਹੈ ਹਾਂਜੀ ਹਾਂਜੀ ਸੋ ਉਹਦਾ ਰਿਸਪੌਂਸ ਮੈਂ ਜੇ ਪੁੱਛੂੰ ਤਾਂ ਕਿਸ ਤਰ੍ਹਾਂ ਦਾ ਰਿਹਾ ਸੀ ਬਹੁਤ ਜਿਹਾ ਰਿਸਪੌਂਸ ਰਿਹਾ ਜੀ 1076 ਮਰੀਜ਼ਾਂ ਨੂੰ ਪੇਸ਼ੈਂਟਸ ਨੂੰ ਯਾਨੀ ਕਿ ਇੰਨੀ ਕੁ ਆਬਾਦੀ ਨੂੰ ਅਸੀਂ ਚੈੱਕ ਕੀਤਾ ਜੀ ਉਹਦੇ ਵਿੱਚੋਂ ਹੀ 6-7 ਜਣਿਆਂ ਦਾ ਹੀ ਭਲਾ ਹੋ ਗਿਆ ਜੀ ਤਾਂ ਮੈਂ ਕਹਿੰਦਾ ਸਕਸੈਸਫੁਲ ਰਹੀ ਕੈਂਪ ਓਕੇ ਸੋ ਅੱਗੇ ਜਿੱਦਾਂ ਹੁਣ ਤਾਂ ਸਟਾਰਟ ਹੈ ਨਾ ਕਿਸੇ ਦੋ ਨੇ ਸੋਚਿਆ ਕਿ ਜੇ ਮੈਂ ਆਪਣੇ ਇਲਾਕੇ ਲਈ ਆਪਣੇ ਸ਼ਹਿਰ ਲਈ ਆਪਣੇ ਪਿੰਡ ਲਈ ਕੁਛ ਕਰਨਾ ਹੈ ਤਾਂ ਹੈ ਨਾ ਵਧੀਆ ਕਰਨਾ ਇਸ ਤੋਂ ਨੈਕਸਟ ਜੇ ਤੁਸੀਂ ਸੋਚੋਗੇ ਕਿ ਕੀ ਹੈ ਉਹ ਚੀਜ਼ ਕੀ ਹੋਰ ਕਰਨਾ ਚਾਹੁੰਦੇ ਹੋ ਆਪਣੇ ਲੋਕਾਂ ਲਈ ਮੈਡਮ ਮੇਰਾ ਤਾਂ ਜੀ ਆਪਾਂ ਕੋਈ ਫੇਮ ਲਈ ਤਾਂ ਇਹ ਚੀਜ਼ ਕਰਦੇ ਨੇ ਜੀ ਮੈਨੂੰ ਇਹੋ ਜਿਹੇ ਕੰਮ ਕਰਕੇ ਸ਼ਾਂਤੀ ਮਿਲਦੀ ਜੀ ਆਪਣੇ ਰੂਹ ਨੂੰ ਜੀ ਅਤੇ ਮੈਂ ਇਹੋ ਜਿਹੇ ਕਰਦਾ ਰਹਿੰਦਾ ਜੀ ਪਹਿਲਾਂ ਮੈਂ 2-3 ਮਰੀਜ਼ ਅਡੋਪਟ ਵੀ ਕੀਤੇ ਹੋਏ ਸੀਗੇ ਅਤੇ ਹੁਣ ਆ ਕੈਂਸਰ ਕੈਂਪ ਹੋ ਗਿਆ ਜੀ ਬਸ ਕੋਸ਼ਿਸ਼ ਇਹੀ ਹੁੰਦੀ ਹੈ ਵੀ ਦੇਖੋ ਜੀ ਕਮਾਈ ਦਾ ਤਾਂ ਉਸੇ ਦਾ ਹੀ ਫਾਇਦਾ ਵੀ ਜੇ ਉਸ ਕਮਾਈ ਨਾਲ ਕਿਸੇ ਹੋਰ ਨੂੰ ਵੀ ਫਾਇਦਾ ਹੁੰਦਾ ਹੋਵੇ ਆਪਣੇ ਲਈ ਤਾਂ ਇਹ ਸਾਰੇ ਕਰਦੇ ਨੇ ਹੁਣ ਜੀ ਮੇਰੀ ਥੋੜ੍ਹੀ ਜਿਹੀ ਇਹ ਸੋਚ ਹੈ ਵੀ ਜੇ ਮੇਰਾ ਮਾੜਾ ਮੋਟਾ ਨਾਮ ਹੈਗਾ ਜੀ ਮੇਰੀ ਥੋੜ੍ਹੀ ਜਿਹੀ ਲੋਕ ਜਾਣਦੇ ਨੇ ਜਾਂ ਪਰਮਾਤਮਾ ਨੇ ਇੰਨੀ ਕੁ ਬਰਕਤ ਦਿੱਤੀ ਹੈ ਵੀ ਮੈਂ ਕਿਸੇ ਦੀ ਕੋਈ ਹੈਲਪ ਕਰ ਸਕਾਂ ਤਾਂ ਮੈਂ ਚਾਹੁੰਦਾ ਵੀ ਮੈਂ ਕਿਸੇ ਨਾ ਕਿਸੇ ਦਾ ਹੌਂਸਲਾ ਬਣਾ ਜੀ ਓਕੇ 1.5 ਸਾਲ ਵਿੱਚ ਹੀ ਹੈ ਨਾ ਸਭ ਕਹਿੰਦੇ ਕਿ ਸਿੱਧੂ ਨੇ ਗਾਹ ਪਾ ਦਿੱਤਾ ਹਾਂਜੀ ਹਾਂਜੀ ਤੁਹਾਨੂੰ ਲੱਗਦਾ ਕਿ ਤੁਸੀਂ ਗਾਹ ਪਾ ਦਿੱਤਾ ਕਿ ਹਜੇ ਹੋਰ ਟਾਈਮ ਹੈ ਥੋੜ੍ਹਾ ਜਿਹਾ ਹੁਣ ਇਹ ਤਾਂ ਕਿਸਮਤ ਹੁੰਦੀ ਹੈ ਜੀ ਅਤੇ ਪਰਮਾਤਮਾ ਦਾ ਆਸ਼ੀਰਵਾਦ ਹੁੰਦਾ ਹੈ ਸੱਚੀ ਨੀਤ ਹੁੰਦੀ ਹੈ ਗਾਹ ਪਾਉਣ ਲੱਗੇ ਹੋਏ ਬਥੇਰੇ ਇੱਥੇ 20-20 ਸਾਲ ਦੇ ਵੀ ਲੱਗੇ ਪਏ ਨੇ ਜੀ ਹੁਣ 1.5 ਸਾਲ ਦੇ ਵਿੱਚ ਇਹ ਕਿਉਂ ਹੋਇਆ ਜਾਂ ਕਿਸ ਤਰ੍ਹਾਂ ਹੋਇਆ ਜਾਂ ਮੇਰੀ ਕਿਸਮਤ 'ਚ ਲਿਖਿਆ ਚਲੋ ਜੋ ਵੀ ਹੋਇਆ ਪਰ 1.5 ਸਾਲ ਦੇ ਵਿੱਚ ਵੀ ਬਹੁਤ ਹੁਣ ਤਾਂ ਸਮਝ ਨਹੀਂ ਆ ਰਿਹਾ ਵੀ ਚੱਲ ਕੀ ਰਿਹਾ ਸੀਗਾ ਜੀ ਹੁਣ ਤੱਕ ਹਜੇ ਤੱਕ 1.5 ਸਾਲ ਹੋ ਗਏ ਇਹੀ ਸਮਝ ਜਾਂਦੇ ਵੀ ਚੱਲੀ ਕੀ ਜਾਂਦਾ ਕੀ ਕਰਨਾ ਹੈ ਆਪਾਂ ਕਿਉਂ ਆਏ ਇੱਧਰਲੇ ਪਾਸੇ ਜੀ ਹੌਲੀ ਹੌਲੀ ਸਿੱਖੀ ਜਾਂਦੇ ਜੀ ਹੌਲੀ ਹੌਲੀ ਸਿਆਣੇ ਹੋਈ ਜਾਂਦੇ ਬਾਕੀ ਜਿੰਨਾ ਕੁ ਸਫ਼ਰ ਰਿਹਾ ਜੀ ਬਹੁਤ ਵਧੀਆ ਰਿਹਾ ਅਤੇ ਸ਼ੁਕਰੀਆ ਦਾ ਸਾਰਿਆਂ ਦਾ ਜੀ ਅੱਛਾ ਸ਼ੁਭਦੀਪ ਸਿੰਘ ਸਿੱਧੂ ਹੈ ਨਾ ਸਿੱਧੂ ਮੂਸੇਵਾਲਾ ਜੋ ਜਿਸ ਨੂੰ ਸਭ ਜਾਣਦੇ ਨੇ ਹਾਂਜੀ ਕਦੀ ਪਰਸਨਲੀ ਫੀਲ ਨਹੀਂ ਹੁੰਦਾ ਕਿ ਇਹ ਸ਼ੁਭਦੀਪ ਮੇਰਾ ਇੰਨਾ ਸੋਹਣਾ ਨਾਮ ਹੈ ਅਤੇ ਇਸ ਤੋਂ ਹੀ ਲੋਕ ਜਾਣਦੇ ਸ਼ੁਭਦੀਪ ਕਹਿੰਦਾ ਤਾਂ ਇਹ ਲੱਗਦਾ ਵੀ ਹਾਂ ਕੋਈ ਨਾ ਕੋਈ ਮੈਨੂੰ ਸੱਚੀ ਅੰਦਰੋਂ ਜਾਣਦਾ ਵੀ ਮੈਂ ਸ਼ੁਭਦੀਪ ਹਾਂ ਵਧੀਆ ਲੱਗਦਾ ਜੀ ਪਰ ਜੋ ਹੈ ਜੀ ਪਰਮਾਤਮਾ ਕਰਨ ਕਰਾਉਣ ਵਾਲਾ ਜੀ ਨਾਮ ਦੇਣ ਵਾਲਾ ਵੀ ਉਹੀ ਹੈ ਅਤੇ ਨਾਮ ਬਣਾਉਣ ਵਾਲਾ ਵੀ ਉਹੀ ਹੈ ਓਕੇ ਸਿੱਧੂ ਈਜ਼ੀ ਨਹੀਂ ਹੁੰਦੀ ਹੈ ਨਾ ਜਿਸ ਹਾਈਪ 'ਤੇ ਤੁਸੀਂ ਹੋ ਇਸ ਵੇਲੇ ਹੈ ਨਾ ਜਾਂ ਫੇਮ ਪਾਣੀ ਵੀ ਈਜ਼ੀ ਚੀਜ਼ ਨਹੀਂ ਹੈ ਉਸਦੇ ਵਿੱਚ ਬਹੁਤ ਸਟਰਗਲ ਹੁੰਦਾ ਹੈ ਜੋ ਤੁਸੀਂ ਮੁਕਾਮ ਅੱਜ ਹਾਸਿਲ ਕੀਤਾ ਹੋਇਆ ਉਸਦੇ ਵਿੱਚ ਬਹੁਤ ਤੁਸੀਂ ਸਟਰਗਲ ਕੀਤਾ ਆਪਾਂ ਕਈ ਇੰਟਰਵਿਊਜ਼ ਵਿੱਚ ਸੁਣਿਆ ਵੀ ਹੈ ਕਿ ਤੁਸੀਂ ਹੈ ਨਾ ਕਿਸ ਤਰ੍ਹਾਂ ਲੋਕਾਂ ਕੋਲ ਜਾਂਦੇ ਸੀਗੇ ਹੈ ਨਾ ਆਪਣੇ ਗੀਤ ਦੇਣ ਲਈ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਉਹ ਜਿਹੜਾ ਸਮਾਂ ਸੀਗਾ ਜਦੋਂ ਤੁਸੀਂ ਬਹੁਤ ਸਟਰਗਲ ਕੀਤੀ ਉਹਨੇ ਤੁਹਾਨੂੰ ਕੀ ਸਿਖਾਇਆ ਹੈ ਔਰ ਹੁਣ ਅੱਜ ਕੰਮ ਆ ਰਹੀ ਉਹ ਚੀਜ਼ਾਂ ਦੇਖੋ ਜੀ ਮੈਂ ਤਾਂ ਹੁਣ ਵੀ ਸਿੱਖ ਹੀ ਰਿਹਾ ਮੈਂ ਕਹਿੰਦਾ ਜੀ ਤੁਸੀਂ ਸਾਰੇ ਕਹਿ ਰਹੇ ਹੋ ਵੀ ਸਟਰਗਲ ਕੀਤੀ ਹੈ ਨਾ ਤੁਹਾਡਾ ਕੰਮ ਆ ਗਿਆ ਪਰ ਮੇਰੇ ਅਕੋਰਡਿੰਗ ਤਾਂ ਹਜੇ ਵੀ ਸਟਰਗਲ ਚੱਲ ਰਹੀ ਹੈ ਜੀ ਬਸ ਇਹ ਚੀਜ਼ ਹੋਈ ਹੈ ਵੀ ਸਟਰਗਲ ਦੇ ਥੋੜ੍ਹੀਆਂ ਜਿੰਨੀਆਂ ਕੁ ਮੁੱਦੇ ਸੀਗੇ ਉਹ ਚੇਂਜ ਹੁੰਦੇ ਗਏ ਜੀ ਪਹਿਲਾਂ ਮੁੱਦੇ ਸੀਗੇ ਵੀ ਉਹ ਮੁਕਾਮ ਪਾਉਣਾ ਪਰ ਹੁਣ ਮੁੱਦਾ ਇਹ ਹੈ ਵੀ ਉਹ ਮੁਕਾਮ ਨੂੰ ਕਾਇਮ ਕਿਵੇਂ ਰੱਖਣਾ ਕਿਉਂਕਿ ਬਹੁਤ ਕੁਛ ਚੀਜ਼ਾਂ ਮੈਂ ਇਹ ਸਮਝਦਾ ਹੁੰਦਾ ਸੀਗਾ ਵੀ ਇਹ ਠੀਕ ਹੈ ਵੀ ਸਟਾਰ ਬਣ ਗਏ ਵੀ ਵਧੀਆ ਚੀਜ਼ ਹੈ ਹੈ ਨਾ ਵੀ ਚਲੋ ਪਰ ਮੈਂ ਇਹਦੇ ਨਾਲ ਹੈ ਨਾ ਇਹਦੇ ਪਰਸਪੈਕਟਿਵ ਵੀ ਕਈ ਚੀਜ਼ਾਂ ਦੇਖ ਰਿਹਾ ਵੀ ਅਸਲ ਦੇ ਵਿੱਚ ਦੁਨੀਆਦਾਰੀ ਹੁੰਦੀ ਕੀ ਹੈ ਜੀ ਬਸ ਸਿੱਖੀ ਜਾਂਦੀ ਹਾਂ ਜੀ ਪਹਿਲਾਂ ਥੋੜ੍ਹੀ ਸਟਰਗਲ ਸੀਗੀ ਨਾਮ ਦੇ ਲਈ ਹੈ ਨਾ ਮਿਹਨਤ ਦੇ ਲਈ ਵੀ ਸਾਡੇ ਸੀ ਮਿਹਨਤ ਕਰਦਾ ਸਾਡਾ ਨਾਮ ਅੱਗੇ ਆਉਣਾ ਚਾਹੀਦਾ ਹੁਣ ਸਟਰਗਲ ਇਸ ਚੀਜ਼ 'ਤੇ ਹੈ ਜੀ ਵੀ ਕਈ ਚੀਜ਼ਾਂ ਹਜੇ ਵੀ ਆਪਣੇ 'ਚ ਕਰੀਤੀਆਂ ਨੇ ਜੀ ਕੋਸ਼ਿਸ਼ ਕਰਦੇ ਹਾਂ ਚਲੋ ਪਹਿਲਾਂ ਤਾਂ ਸਿੰਗਿੰਗ ਜਿਹੜੀ ਸੀਗੀ ਹੋ ਗਈ ਹੈ ਨਾ ਜੀ ਹੁਣ ਵਾਲੀ ਸਿੰਗਿੰਗ ਦਾ ਕੋਸ਼ਿਸ਼ ਇਹ ਹੈ ਵੀ ਜਿੰਨੇ ਵੀ ਹੈਗਾ ਜੋ ਸਿਸਟਮ ਦੇ ਵਿੱਚ ਕਰੀਤੀਆਂ ਨੇ ਉਹਨੂੰ ਥੋੜ੍ਹਾ ਜਿਹਾ ਸਿੱਧਾ ਕੀਤਾ ਜਾਵੇ ਹਜੇ ਵੀ ਸਿਸਟਮ ਚੈਲੇਂਜ ਕਰੀ ਜਾਂਦਾ ਵੀ ਤੂੰ ਇਹ ਨਹੀਂ ਕਰ ਸਕਦਾ ਤੂੰ ਉਹ ਨਹੀਂ ਕਰ ਸਕਦਾ ਤੂੰ ਕਰਕੇ ਦਿਖਾ ਸਟਰਗਲ ਹਜੇ ਵੀ ਜਾਰੀ ਹੈ ਅਤੇ ਬਾਬੇ ਦੀ ਕਿਰਪਾ ਨਾਲ ਜਿੰਨਾ ਕੁਛ ਪਹਿਲਾਂ ਜਿੰਨੇ ਕੁ ਚੈਲੇਂਜ ਹੋਏ ਸੀ ਉਹ ਵੀ ਪੂਰੇ ਕੀਤੇ ਨੇ ਅਤੇ ਹੁਣ ਵਾਲੇ ਚੈਲੇਂਜ ਤਾਂ ਬਖੂਬੀ ਪੂਰੇ ਕਰਾਂਗੇ
ओके जो स्ट्रगल टाइम चल रहा है ना तो किस टाइम पर आके तुम लगे किस पॉइंट पर आके लगे कि नहीं हूँ मेरा टाइम आने वाला है हूँ सिद्धू मूसेवाला जोड़ा है वह छाऊगा पता नहीं जी मैं तो कदम सोचे नहीं है मैं तो उही गल ना जी बंदे जोड़े मंजिल की झाक च तुरद नहीं शायद वह कदम पहुँचते नहीं है मंजिल तक अपना तो कम यह भी तुरना जिन्ना क मेरे हथ बस जी मैं करना तो मैं करी जाना तो टाइम तो जी आप सारे ही पता भी टाइम तो हरेक का आता जी इतने जोड़ा सच्चे दिलों तुरै तो वह कदम तो है नहीं भी मेहनत जी जाऊगी पता सगा भी आऊगा तो यह भी पता सगा भी वजी आऊगा पर इन्ना क अंदाजा नहीं भी मैं भी इन्ने खतरनाक तरीके आऊगा भी 1.5 साल के सारा कुछ जी जे बंद कदे सुनते जोड़े बंद बड़े बड़े नाम सुने से भी वह बंदे भी आके कह भी हाँ बई की हाल चाल है वधिया लगता जी वधिया चीज़ है जी मतलब यकीन हो रहा है कि हकीकत है या वे सुपने वर्गा लगता है नहीं जी वही गल नहीं पहला जड़ियाँ चीज़ा बड़िया लगदियाँ सी बड़िया नहीं लगदियाँ जी छोटियाँ लगदियाँ हूँ ये लगता भी वह अपनी दौड़ ही नहीं सी जी है ना हूँ दौड़ कोई होर है पहला दौड़ कोई होर सी लगता है कि अपनी उम्र के हिसाब नाल जिहड़ी ये यंग एज हैगी है इसनों इंजॉय कर रहे हो या लगता कि नहीं मतलब बर्डन जहा ज़्यादा जड़ा आ गया है अगर कैमरे वाल कैमरे नू फेस करना पैंदा हर टाइम ते कोई भी चीज़ करो है ना वो कुछ करदे कुछ आ बन कुछ जाती है इन्हां चीज़ों का बर्डन रहिंदा या लगता कि नहीं मैं अपनी लाइफ जिहड़ी फ्रीली इंजॉय कर रहा देखो जी उम्र तो बहुत छोटी है पर वही गल ना जी मैं थोड़ी जिवें पहला गल करके आटा भी 1.5 साल च इन्ना कुछ होया भी समझ ही नहीं आया भी असं की कर रहे हैं कलाकार हैं या की हैं जी है ना मैं कलाकार हाँ या की हाँ तो यह उम्र तो छोटी हुई है पर बहुत कुछ जिंदगी दे जिहड़े तमाशे ने इन्ना कुछ सिखा रहे हैं जी बखूबी सीख रहे हैं जी तो वधिया गल है जी तो लगता भी चंगा बंदा निकलूगा जी बन के ना तमाशिया चो जी कोई ना कोई ओके मैं किसी थोड़े लाइफ तुसी गा रहे थे मैं सुनिया कि तुसी क्या सी 25 इंडिया दे 25,000 दे है ना फर्स्ट वीडियो तुसी कीती सी अपने गाने हाँ की हाँ ना हाँ सो जिहड़ा ओ टाइम सीगा जो तुसी कैनेडा गए उत्थे तुसी सोचे कि हाँ मैं अपना जिहड़ा फर्स्ट सॉन्ग है वो मैं आउट करना है सो उत्थे मुश्किलां आईयां सीगियां ईजीली सारे मिल गए सीगे पता ही गल की है जां तां मैं गाना करना होवे भी लेबल ते किसे ते मैं फलानी कंपनी तो गाना करना जी फलानी म्यूजिक डायरेक्टर फलाना वीडियो डायरेक्टर हो गई मैं तो जी आपदे शांति लई मेरा दिल करता सी मैं करते ही है ना तो यूट्यूब ते गाना चढ़े सीगे लीक होए सी आप ही चल चुल गए जी लोगों ने पसंद कर ले उन्नी टौर हो गई जी उन्होंने जी मैं देखो जी उही गल ना जी मैं हुण तक वो किया जो मेरी रूह को चंगा लगे जी वो परमात्मा को चंगा लगे वो लोगों को चंगा लगे मेरा गुड लक सी जी तो बस जी मैं हुण इस उही गल है मैं इस दौड़ का रेसर नहीं सीगा पर मैं आ गया किवें ना किवें करके पर हुण मैनूं तुरना पै रिहा ते मैं तुर रिहा यस आई एम अ स्टूडेंट तुहाडी मूवी आऊगी है ना पुत जसवंत कौर दा सो ओ की तुहाडी अपनी लाइफ ते है मूवी इह तां जी हुण तुहानूं फिल्म ही दसूगी जी पर मैं इन्नी क वादा करदा जी जिहड़ियां जिंदगी चों मैं घाटे खाधे आई जां जो चीज़ां मैं देखियां ने जां मेरे भरावां ने देखियां जिहड़ा ओह तुहानूं सारा कुछ उत्थे सिखण नूं मिलूगा जी कुछ फिल्मां सारियां ही होणियां सारियां ही वधिया होंदियां ने कॉमेडी भी सारा कुछ ही वधिया हुंदा जी पर यही कोशिश की थी भी जिमें गाने अपने डिफरेंट लैवल के डिफरेंट कमिस्ट्री सी गाण की तो फिल्म भी उदा दी मिलेगी जो थोड़ा कोई भी नॉर्मल तरीके वाली फिल्म नहीं मिलेगी भी कोशिश करेंगे भी कोई वधिया चीज़ लेके आइए थोड़े सामने लोगों के दिमाग से दो चीज़ा आ गई हैं कि सिद्धू वो है जो गाने में आप सुनते हैं या सिद्धू वही है जिन्होंने आप हूँ वेख रहे हैं सिद्धू है कि है सची असल में कल उही गल है ना जी भी हरेक बंदे का भी फेज होंगे ना फेज ऑफ लाइफ होंगे ने भी उन्हें किमें कितने किमें बचना है जिथे जी ईगो वाले टक्करन गए उत्थे ईगो वाले भी पूरे तगड़े हैं जी पूरी वधिया ठोकी ईगो है जी जिथे कोई बंदा जिथे कोई प्यार नाल मिलदा जी उहदे उही गल ना जी दुआ सलाम जिहड़ा जिहड़े तरीके नाल जिहड़ा जिवें आऊगा जी उस नाल उस हिसाब नाल विचरीदा जी हुण जे हुण तुसीं वाले किसे तगड़े बंदे नाल भिड़ोगे भी ऐं करके गरीब होगे तां फिर उह तुहाडे सिर चढ़ूगा जी है ना आपां तां उही गल है जी प्यार नूं प्यार है जी जे प्यार करोगे प्यार भी दुगना लड़ाई करोगे लड़ाई भी दुगनी जी अपने तां किसे नाल कोई नफरत वाला भाव है ही नहीं जी बाकी जी आप करके खाने वाले बंदे हैं जी आप कोई चलो कई भी जाते जी किसी सैटिस्फैक्शन मिलती है भी ईगो है तो जी आप कहने भी हाँ जी सू पूरा प्राउड है जी साढ़े च ईगो है जी बाबे ने दिता जी सारा कुछ मेहनत का किया जी ईगो तो है जी थोड़ा कोई इदा की गल ही है जी है ना बाकी मैं थोड़ा एक ही गल दसदा जी इतने मोटी जी गल है भी कलाकार सिंगर हरेक बन जाता जी मैं भी बन गया चलो कढ के गाने दो चार है ना पैसे हरेक कमा लैंदा जी सारा कुछ कर लैंदा जी महंगे महंगे कपड़े पा लैंदा सारा कुछ हो जाता थोड़े सामने जी आर्टिस्ट तुसीं सारे मेरे नाल तां जरे इंडस्ट्री नूं तुसीं जानदे हो
ਬਥੇਰੇ ਸਿੰਗਰਾਂ ਨਾਲ ਤੁਸੀਂ ਮਿਲਦੇ ਹੋ, ਬਥੇਰਿਆਂ ਦੀਆਂ ਅੱਜ ਕੱਲ੍ਹ ਇੰਟਰਵਿਊਜ਼ ਹੁੰਦੀਆਂ ਨੇ, ਬਥੇਰਾ ਕੁਛ ਹੁੰਦਾ, ਸਾਰਾ ਕੁਛ ਤੁਹਾਡੇ ਅੱਖਾਂ ਸਾਹਮਣੇ ਹੈ ਜੀ। ਕੋਈ ਵੀ ਬੰਦਾ ਤੁਸੀਂ ਦੇਖੋ ਜੀ, ਕੋਈ ਸਿੰਗਰ ਲਾ ਲਓ, ਅਗਲੇ ਨੂੰ ਤੂੰ ਤਾਂ ਮੁੱਦੇ ਤੱਕ ਨੇ, ਹੈ ਨਾ, ਉਹ ਬਿਲਕੁਲ ਮੁੱਦੇ ਤੱਕ ਨੇ ਵੀ ਇੰਨਾ ਕੁ ਕੰਮ ਹੋ ਗਿਆ ਵੀ ਚਲੋ ਪੈਸੇ ਕਮਾ ਲਏ, ਗੁੱਚੀ ਪਾ ਲਏ। ਚਲੋ ਗੁੱਚੀ ਨੂੰ ਵੀ ਨਹੀਂ ਮੈਂ ਕਹਿੰਦਾ, ਕਈ ਬੰਦੇ ਕਹਿੰਦੇ ਗੁੱਚੀ ਖਾਤਰ ਵੀ ਮਾੜਾ ਨਾ, ਵੀ ਹਰੇਕ ਬੰਦਾ ਜਿਹੜਾ ਕੋਈ ਵੀ ਕਿੱਤਾ ਕਰਦਾ ਜੀ, ਹੁਣ ਤੁਸੀਂ ਜਰਨਲਿਜ਼ਮ ਕਰਦੇ ਹੋ ਜੀ, ਤੁਸੀਂ ਇਹ ਸੋਚਣਾ ਵੀ ਮੈਂ ਖਬਰ ਕਿੱਥੋਂ ਮਿਲੂ, ਹੈ ਨਾ, ਆਪਾਂ ਨੂੰ ਚੰਗੀ ਖਬਰ ਲੋਕ ਸੁਣਨਗੇ, ਐਪਰੀਸ਼ੀਏਸ਼ਨ ਕਿੱਥੋਂ ਮਿਲੂ ਜੀ। ਇੱਥੋਂ ਤੱਕ ਹੁੰਦਾ ਜੀ ਸਾਡੇ ਸਿੰਗਰਾਂ ਦਾ, ਜਿਹੜੇ ਕਹਿੰਦੇ ਨੇ ਵੀ ਚਲੋ ਮੈਂ ਕਿਸੇ ਦਾ ਨਾਮ ਨਹੀਂ ਲੈਣਾ, ਵੀ ਸਿੰਗਰ ਜਿਹੜੇ, ਹੈ ਨਾ, ਸਿੰਗਰ ਦਾ ਮਤਲਬ ਹੁੰਦਾ ਵੀ ਮੈਂ ਗਾਵਾਂ, ਮੈਨੂੰ ਫਲਾਨੀ ਕੰਪਨੀ ਤੋਂ ਇੰਨੇ ਪੈਸੇ ਮਿਲਦੇ ਆ, ਕਿਹੜੀ ਚੀਜ਼ ਗਾਵਾਂ ਮੈਂ, ਲੋਕ ਇਹ ਕਹਿ ਦੇਣ ਵੀ ਫਲਾਨਾ ਵੀ ਬੰਦਾ ਸਿਰ ਹੀ ਆ। ਦੇਖੋ ਜੀ ਕਿਸੇ ਨੂੰ ਕੀ ਲੋੜ ਹੈ ਵੀ ਉਹ ਜਾ ਕੇ ਚਾਰ ਬੰਦਿਆਂ 'ਚ ਖੜ ਕੇ ਕਵੇ ਵੀ ਯਾਰ ਇਲਾਜ ਕਰਾ ਲਓ, ਮੈਂ ਨਾਲ ਤੁਰਦਾ ਯਾਰ, ਹੈ ਨਾ, ਠੀਕ ਹੈ ਨਾ ਜੀ। ਮੇਰਾ ਪਿੰਡ ਦਾ ਆਫ ਦਾ ਟੋਪਿਕ ਹੈ ਜੀ, ਪਿੰਡ ਮੇਰੇ ਲਈ ਜੇ ਮੈਂ ਕਮਰਸ਼ੀਅਲ ਸੋਚਣਾ ਹੋਵੇ, ਮੈਨੂੰ ਜਦੋਂ ਸਰਪੰਚ ਦੀਆਂ ਚੋਣਾਂ 'ਚ ਮੈਂ ਤੁਰਿਆ ਨਾ ਜੀ, ਮੈਨੂੰ ਲੋਕਾਂ ਨੇ ਕਿਹਾ ਵੀ ਭਰਾਵਾ ਤੂੰ ਕੀ ਹੋ ਗਿਆ ਤੈਨੂੰ, ਠੀਕ ਹੈ ਮੈਂ, ਮੈਂ ਕੀ ਹੋ ਗਿਆ ਜੀ, ਚੰਗੇ ਪੈਸੇ ਬਣਦੇ ਯਾਰ, ਤੂੰ ਕੀ ਕਰੀ ਜਾਂਦਾ। ਗੱਲ ਇਹ ਹੈ ਜੀ, ਜੇ ਮੈਨੂੰ ਸੱਚੀ ਗੱਲ ਹੈ ਨਾ ਜੀ, ਅਸੀਂ ਹੈਗੇ ਹਾਂ ਸਿੱਧੇ ਸਾਧੇ ਇਨਸਾਨ ਜੀ, ਹੈ ਨਾ, ਅਸੀਂ ਸਾਨੂੰ ਉੱਥੇ ਵੀ ਅਸੀਂ ਕਰਨਾ ਜਿੱਥੇ ਸਾਡਾ ਨਹੀਂ ਬਣਦਾ, ਹੈ ਨਾ ਜੀ। ਕੈਂਸਰ ਕੈਂਪ ਲੱਗਿਆ ਜੀ ਜਾਂ ਮਰੀਜ਼ਾਂ ਦਾ ਹੋ ਗਿਆ ਜੀ, ਪਿੰਡ ਦਾ ਹੋ ਗਿਆ ਜੀ, ਮੈਂ ਕਿਉਂ ਕਰਦਾ ਜੀ, ਕਿਉਂਕਿ ਮੈਨੂੰ ਇਹ ਗੱਲਾਂ ਚੰਗੀਆਂ ਲੱਗਦੀਆਂ ਨੇ ਮੇਰੇ। ਮੈਂ ਕੋਈ ਮਾੜਾ ਮੋਟਾ ਕੋਈ ਹੋਰ ਜਾਂ ਕੋਈ ਹੋਰ ਸਿੰਗਰ ਹੁੰਦਾ ਜਾਂ ਕੋਈ, ਮੈਂ ਕਿਸੇ ਮਨ ਨੂੰ ਮਾੜਾ ਨਹੀਂ ਕਹਿੰਦਾ, ਵੀ ਜੇ ਮੇਰਾ ਉਹ ਮੁੱਦਾ ਹੁੰਦਾ ਤਾਂ ਮੈਂ ਇਹ ਹੁੰਦਾ ਵੀ ਮੈਂ ਪੈਸੇ ਕਿਵੇਂ ਕਮਾਉਣੇ ਨੇ। ਜੇ ਅਸੀਂ ਇੱਥੇ ਤੁਰੇ ਫਿਰਦੇ ਹਾਂ ਜੀ, ਭਲਾ ਨਹੀਂ ਅਸੀਂ ਜਿਹੋ ਜਿਹੇ ਮਰਜ਼ੀ, ਅਸੀਂ ਈਗੋ ਵਾਲਿਆਂ ਜੋ ਮਰਜ਼ੀ ਹਾਂ, ਕਿਤੇ ਨਾ ਕਿਤੇ ਤਾਂ ਹੀ ਸਾਡੇ 'ਚ, ਅਸੀਂ ਰੱਬ 'ਚ ਯਕੀਨ ਕਰਨਾ ਨਾ, ਰੱਬ ਬਾਤ ਆ ਸਾਡੇ 'ਚ। ਅਤੇ ਮੈਂ ਇਹ ਚਾਹੁੰਦਾ ਵੀ ਜੇ ਯਾਰ ਸਾਰੇ ਰੱਬ ਦੀਆਂ ਸੰਤਾਨੀ ਨਹੀਂ, ਜੇ ਕਿਸੇ ਦੇ ਤੁਹਾਡੀ ਚੜ੍ਹਾਈ ਅਤੇ ਤੁਹਾਡੀ ਫੇਮ ਦਾ ਤਾਂ ਉਦੋਂ ਹੀ ਪਤਾ ਲੱਗਦਾ ਜਦੋਂ ਤੁਹਾਡੀ ਫੇਮ ਕਿਸੇ ਲਈ ਕੰਮ ਕਰਦੀ ਹੈ ਜੀ, ਠੀਕ ਹੈ ਨਾ ਜੀ। ਹੁਣ ਮੂਸੇ ਦੀ ਫੇਮ, ਮੇਰੀ ਫੇਮ ਮੇਰੇ ਪਿੰਡ ਲਈ ਕੰਮ ਕਰ ਰਹੀ ਹੈ, ਮੇਰੇ ਪਿੰਡ ਦੇ ਵਿੱਚ ਕੈਂਸਰ ਕੈਂਪ ਲੱਗ ਰਹੇ ਨੇ, ਕੁਛ ਹੋਰ ਲੱਗ ਰਹੇ ਨੇ, ਫੇਮ ਤਾਂ ਇਹ ਹੁੰਦੀ ਹੈ ਜੀ। ਘਰ ਆਪਾਂ ਜੈਕਟਾਂ ਪਾ ਕੇ ਕਹਿ ਤਾ, ਫੋਲੋਅਰ 'ਚ ਫੋਟੋ ਪਾ ਕੇ ਕਹਿਤਾ ਵੀ ਫਲਾਨੇ 'ਚ ਫਲਾਨਾ ਜੀ, ਫਲਾਨਾ ਬੰਦਾ ਤਾਂ ਐਂ ਜੀ, ਫਲਾਨੇ 'ਚ ਈਗੋ ਜਿਹੜਾ, ਇਹ ਤਾਂ ਸਾਰੀ ਕਰੀ ਜਾਂਦੇ ਹਨ। ਆਪਾਂ ਤਾਂ ਕਹਿੰਦੇ ਜੀ ਗਰਾਊਂਡ 'ਤੇ ਆਓ, ਚਲੋ ਜੇ ਅਸੀਂ ਈਗੋ ਵਾਲੇ ਹਾਂ, ਅਸੀਂ ਕੰਮ ਧਾਰ ਰਹੇ ਹਾਂ ਕਿਸੇ ਦੇ। ਤੁਹਾਨੂੰ ਲੱਗਦਾ ਕਿ ਕੁਝ ਕਈ ਵਾਰ, ਹੈ ਨਾ, ਜਿੱਥੇ ਸਾਡੇ ਦੋਸਤ ਨੇ ਉੱਥੇ ਸਾਡੇ ਥੋੜ੍ਹੇ ਜਿਹੇ ਅਗੇਂਸਟ ਵੀ ਕਈ ਵਾਰ ਬੰਦੇ ਹੋ ਜਾਂਦੇ ਨੇ, ਇਹ ਸਭ ਨੂੰ ਇੱਥੇ ਕੁੱਲ ਮਿਲ ਕੇ ਰਹਿਣਾ ਚਾਹੀਦਾ, ਇੱਕ ਹੋ ਕੇ ਰਹਿਣਾ ਚਾਹੀਦਾ, ਕਿਉਂਕਿ ਆਪਣੀ ਹੀ ਇੰਡਸਟਰੀ ਹੈ ਇਹ ਸਾਰੀ ਹੈ। ਦੇਖੋ ਜੀ ਹੁਣ ਮੈਂ ਇੰਡਸਟਰੀ ਬਾਰੇ ਕੀ ਬੋਲਾਂ ਜੀ, ਮੈਂ ਤਾਂ ਉਹਦੇ ਆਪਣੇ ਹਿੱਸਾ ਹੀ ਨਹੀਂ ਮੰਨਦਾ ਜੀ, ਮੈਂ ਮਿਊਜ਼ਿਕ ਇੰਡਸਟਰੀ ਦਾ ਹਿੱਸਾ ਹੈ, ਕਿਉਂਕਿ ਮੇਰੀ ਤਾਂ ਡਿਫਰੈਂਟ ਲੇਨ ਹੈ ਜੀ, ਅਤੇ ਨਾ ਹੀ ਮੈਂ ਇੰਡਸਟਰੀ ਦੇ ਮੁਤਾਬਕ ਕੋਈ ਚੀਜ਼ ਕੀਤੀ ਅਜੇ ਤੱਕ, ਨਾ ਹੀ ਮੈਂ ਕਰਾਂ ਜੀ, ਅਤੇ ਨਾ ਮੈਂ ਮੰਨਦਾ ਵੀ ਮੈਂ ਇੰਡਸਟਰੀ ਦਾ ਹਿੱਸਾ ਜੀ। ਆਪਣੀ ਤਾਂ ਲੇਨ ਹੀ ਹੋਰ ਹੈ ਜੀ, ਮੈਂ ਤਾਂ ਤਰੀਕਾ ਹੀ ਹੋਰ, ਆਪਣਾ ਤਾਂ ਇਸ ਤਾਂ ਤੁਰੀ, ਮੈਂ ਤਾਂ ਤੁਰੀ ਹੋਰ ਰਾਹ 'ਤੇ ਹੋਇਆ ਜੀ, ਹੈ ਨਾ, ਮੈਂ ਨਾ ਹੀ ਮੇਰਾ ਕਿਸੇ ਨਾਲ ਕੰਪੀਟੀਸ਼ਨ ਹੈ ਜੀ, ਨਾ ਹੀ ਮੇਰੇ ਕਿਸੇ ਨਾਲ ਸ਼ਰੀਕ ਹੈ। ਬਾਕੀ ਵਧੀਆ ਗੱਲ ਹੈ ਜੀ, ਇੰਡਸਟਰੀ 'ਚ ਤਾਂ ਹੀ ਮੈਥੋਂ ਤਕੜੇ ਤੋਂ ਤਕੜੇ ਬੈਠੇ ਨੇ ਜੀ, ਪੁਰਾਣੇ ਤੋਂ ਪੁਰਾਣੇ ਬੈਠੇ, ਉਹਨਾਂ ਨੂੰ ਮੇਰੇ ਨਾਲੋਂ ਵੱਧ ਸੋਚੀ, ਉਹਨਾਂ ਨੂੰ ਮੈਂ ਕੀ ਸੁਝਾਅ ਦੇਵਾਂ ਜੀ। ਬਾਕੀ ਜੀ ਭਾਈਚਾਰਾ ਰੱਖੋ ਜੀ, ਸਾਰਾ ਕੁਛ ਓਕੇ ਹੈ ਜੀ, ਚੱਲਣਾ ਵਧੀਆ ਚੱਲੀ ਜਾਓ ਜੀ, ਕਲੈਬੋਰੇਸ਼ਨ ਨਾਲ, ਜੇ ਕਿਹਦੀ ਰੋਟੀ ਬਣਦੀ ਤਾਂ ਕਲੈਬੋਰੇਸ਼ਨ ਨਾਲ ਬਣਾ ਲਓ ਜੀ, ਮੁੱਦਾ ਤਾਂ ਰੋਟੀ ਦਾ, ਚਲੋ ਸਾਰਾ ਆਪਾਂ ਤਾਂ ਕੀ ਕਹਿੰਦਾ ਜੀ, ਜੋ ਜਿਵੇਂ ਹੈਗਾ ਖੁਸ਼ ਰਹੋ ਬਸ, ਠੀਕ ਰਹੋ ਜੀ, ਆਪਣੇ ਤਾਂ ਲੈਣੀ ਅਲੱਗ ਹੈ ਜੀ, ਹੁਣ ਇਹਨਾਂ ਨੂੰ ਮੈਂ ਕੀ ਆਖਾਂ। ਓਕੇ, ਤੁਸੀਂ ਟੂਪੈਕ ਨੂੰ ਬਹੁਤ ਫੋਲੋ ਕਰਦੇ ਸੀਗੇ, ਹੈ ਨਾ, ਮੈਂ ਸੁਣਿਆ ਕਿਤੇ, ਮੈਂ ਪੜ੍ਹਿਆ ਹੋਇਆ ਕਿ ਟੂਪੈਕ ਨੂੰ ਤੁਸੀਂ ਬਹੁਤ ਇਨਫਲੂਐਂਸ ਸੀ ਤੁਸੀਂ ਉਹਨਾਂ ਤੋਂ, ਹੈ ਨਾ। ਅਗਰ ਆਪਾਂ ਗੱਲ ਕਰੀਏ ਇੰਟਰਨੈਸ਼ਨਲੀ, ਕੋਈ ਇਸ ਵੇਲੇ ਹੋਵੇ ਕੋਈ ਪੋਪ ਸਟਾਰ, ਤਾਂ ਕਿਹੜੇ ਉਹ ਹੋਣਗੇ ਜਿਹਨਾਂ ਨਾਲ ਤੁਸੀਂ ਚਾਹੋਗੇ ਕਿ ਹਾਂ ਮੈਂ ਕੰਮ ਕਰਾਂ ਤਾਂ ਉਹਨਾਂ ਨਾਲ ਕਰਾਂ? ਇਹ ਗੱਲ ਸੋਚਿਆ ਹੀ ਨਹੀਂ ਹੈਗਾ ਜੀ। ਅੱਛਾ, ਮੈਂ ਇੱਕ ਚੀਜ਼ ਨੋਟਿਸ ਕੀਤੀ, ਸਿੱਧੂ ਜ਼ਿਆਦਾ ਨਹੀਂ ਸੋਚਦੇ, ਜੋ ਦਿਲ ਕਰਦਾ ਉਸੇ ਵੇਲੇ ਕਰ ਦਿੰਦੇ ਆ। ਹਾਲੀਵੁੱਡ ਜੀ ਜਾਂ ਕੁਛ ਮੈਂ ਕਦੇ ਨਹੀਂ ਸੋਚਦਾ ਜੀ, ਵੀ ਮੇਰੇ ਉਹੀ ਗੱਲ ਨਾ ਜੀ, ਵੀ ਮੈਂ ਫਲਾਨੇ ਉਹਦੇ ਨਾਲ ਰੈਪਰ ਨਾਲ ਕੰਮ ਕਰਾਂ, ਫਲਾਨਾ ਕਰਾਂ, ਆਪ ਹੀ ਵਾਧੂ ਆ ਜੀ, ਅਸੀਂ ਕਾਹ ਦੀ ਲੋੜ ਹੀ ਨਹੀਂ। ਅੱਜ ਦੇ ਟਾਈਮ 'ਚ ਜੋ ਪੰਜਾਬੀ ਇੰਡਸਟਰੀ ਵਿੱਚ ਹੈਗੇ ਲਿਰਿਸਿਸਟ, ਯੰਗ ਲਿਰਿਸਿਸਟ, ਉਹਨਾਂ ਵਿੱਚ ਤੁਹਾਡੇ ਕਿਹੜੇ ਫੇਵਰੇਟ ਨੇ? ਮੈਂ ਇੰਨੇ ਤਾਂ ਮੈਂ ਗਾਣੇ ਪੰਜਾਬੀ ਸੁਣ ਲਈ ਦੇ ਜੀ, ਹੈ ਨਾ, ਧਿਆਨ 'ਚ ਹੀ ਰਹਿੰਦਾ, ਪਰ ਇੰਨੀ ਗੱਲ ਇਹ ਵੀ ਜੇ ਕੋਈ ਕੰਮ ਕਰਕੇ ਉਹਦੇ ਬਲਬੂਤੇ 'ਤੇ ਅੱਗੇ ਆ ਜੀ, ਸਾਰੀ ਵਧੀਆ ਜੀ, ਹੈ ਨਾ, ਸਾਰੀ ਇੰਡਸਟਰੀ ਵਾਲਿਆਂ ਨੂੰ ਵੀ ਆਪਣਾ ਕਿਸੇ ਨਾਲ ਵੈਰ, ਇੰਡਸਟਰੀ ਨਾਲ ਕੋਈ ਵੈਰ ਵਿਰੋਧ ਨਹੀਂ। ਮੈਂ ਤਾਂ ਇੰਡਸਟਰੀ ਦਾ ਹਿੱਸਾ ਆਪਦੇ ਆਪ ਨੂੰ ਤਾਂ ਨਹੀਂ ਮੰਨਦਾ ਜੀ, ਕਿਉਂਕਿ ਮੈਨੂੰ ਗਾਉਣਾ ਨਹੀਂ ਆਉਂਦਾ ਜੀ, ਠੀਕ ਹੈ ਜੀ, ਲਿਖਣਾ ਜਿਹੜੀ ਜਿਹੋ ਜੀ ਮੈਂ ਲਿਖਾਈ ਲਿਖਦਾ ਜੀ, ਉਹ ਸ਼ਾਇਦ ਕਮਰਸ਼ੀਅਲ ਘੱਟ ਹੁੰਦੀ ਹੈ, ਮੈਂ ਤਾਂ ਕਰਕੇ ਆਪਦੇ ਆਪ ਨੂੰ ਇੰਡਸਟਰੀ ਦਾ ਬੰਦਾ ਨਹੀਂ ਮੰਨਦਾ ਜੀ। ਅਤੇ ਮੈਨੂੰ ਹੋਰ ਕਿਸੇ ਨਾਲ ਕੋਈ ਨਫ਼ਰਤ ਨਹੀਂ ਹੈਗੀ ਜਾਂ ਕੁਛ ਹੋਰ ਨਹੀਂ, ਮੈਂ ਗੁੱਡ ਮੈਸੇਜ ਹੈ ਸਾਰਿਆਂ ਲਈ ਵੀ, ਵਧੀਆ ਗੱਲ ਹੈ ਜੀ ਕਿ ਜਿੰਨੇ ਵੀ ਤੁਸੀਂ ਲਿਖਦੇ ਹੋ ਗਾਉਂਦੇ ਹੋ, ਭਰਾ ਸਾਰਿਆਂ ਦੀ ਤੁਹਾਡੀ ਤਰੱਕੀ ਹੋਵੇ, ਦੋਵੇਂ ਤਿੰਨੀ ਤਰੱਕੀ ਹੋਵੇ ਮੇਰੇ ਨਾਲ, ਜਿਉਂਦੇ ਵਸਦੇ ਰਹੋ ਸਾਰੇ। ਓਕੇ, ਸੋ ਆਪਾਂ ਛੋਟਾ ਜਿਹਾ ਇੱਕ ਰੈਪਿਡ ਫਾਇਰ ਖੇਲਾਂਗੇ, ਠੀਕ ਹੈ? ਜਿਹੜਾ ਮੇਰਾ ਸਭ ਤੋਂ ਪਹਿਲੇ ਸਵਾਲ ਹੈ, ਮੈਨੂੰ ਪਤਾ ਤੁਸੀਂ ਬ੍ਰਾਂਡਸ ਨੂੰ ਜ਼ਿਆਦਾ ਨਹੀਂ ਪ੍ਰਮੋਟ ਕਰਦੇ ਹੋ, ਹੈ ਨਾ, ਪਰ ਫਿਰ ਵੀ ਮੈਂ ਪੁੱਛੂੰਗੀ ਫੇਵਰੇਟ ਬ੍ਰਾਂਡ ਕਿਹੜਾ ਤੁਹਾਡਾ? ਫੇਵਰੇਟ
ਨਾ ਸਿੰਪਲ ਜਿਹੜੇ ਹੁੰਦੇ ਆ $250 ਵਾਲੇ ਓਕੇ ਜੀ ਓਕੇ ਵਧੀਆ ਲੱਗਦੇ ਸੂਟ ਕਰਦੇ ਜੀ ਮੈਨੂੰ ਸੂਟ ਕਰਦੇ ਓਕੇ ਫੇਵਰਿਟ ਫੂਡ ਕੁਝ ਵੀ ਮਿਲ ਜਾਈ ਖਾਣ ਨੂੰ ਪੰਜਾਬੀ ਆ ਫਿਰ ਸਿੰਪਲ ਰੋਟੀ ਅੱਛਾ ਫੇਵਰਿਟ ਐਕਟ੍ਰੈਸ ਇਹ ਤਾਂ ਹੋਣੀ ਚਾਹੀਦੀ ਹੈ ਕੋਈ ਇੱਕ ਐਕਟ੍ਰੈਸ ਕੋਈ ਮੇਰਾ ਸ਼ੁਰੂ ਤੋਂ ਹੀ ਮੈਨੂੰ ਤਾਂ ਸੌਂ ਲੱਗੇ ਜੀ ਮੈਨੂੰ ਤਾਂ ਮਾਡਲਾਂ ਦਾ ਨਹੀਂ ਪਤਾ ਹੁੰਦਾ ਜੀ ਵੀ ਕੌਣ ਜਾ ਫਿਲਮ ਚ ਐਕਟ੍ਰੈਸ ਹੈ ਨਹੀਂ ਮੈਨੂੰ ਗੱਲ ਦੱਸੋ ਹਾਂਜੀ ਫਿਲਮ ਦੇ ਵਿੱਚ ਹੁੰਦੀ ਹੈ ਜੀ ਮੈਂ ਦੋ ਤਿੰਨ ਐਕਟ੍ਰੈਸ ਦੇ ਨਾਮ ਯਾਦ ਨਹੀਂ ਜੀ ਮੈਨੂੰ ਤਾਂ ਨਾਮ ਉਹਨਾਂ ਵਿੱਚੋਂ ਇੱਕ ਕੋਈ ਉਹਨਾਂ ਵਿੱਚੋਂ ਇੱਕ ਜੀ ਹੁਣ ਕੌਣ ਹੋ ਜੀ ਕਿਉਂ ਨਾਮ ਹੋ ਰਿਹਾ ਕਿਸੇ ਦਾ ਮੁੜ ਕੇ ਕਈ ਜਾਣ ਗਏ ਸਿੱਧੂ ਮੂਸੇਵਾਲੇ ਨੂੰ ਫਲਾਨੀ ਐਕਟ੍ਰੈਸ ਵਧੀਆ ਲੱਗ ਗਈ ਅਗਲੀ ਮੈਨੂੰ ਕਈ ਨਹੀਂ ਮੈਡਮ ਮੈਂ ਦੋ ਤਿੰਨ ਵਾਰੀ ਦੇਖੇ ਨੇ ਉਹ ਵੀ ਵਧੀਆ ਨੇ ਉਹ ਵਧੀਆ ਨੇ ਉਹ ਕੀ ਨਾਂ ਹੈ ਉਹਨਾਂ ਦਾ ਦੋਨੇ ਮੇਰੀ ਫੇਵਰੇਟ ਗੱਡੀਆਂ ਜੀ ਤੇ ਬਹੁਤ ਪਿਆਰ ਕਰਦੇ ਨੇ ਚੀਜ਼ਾਂ ਨੂੰ ਬਹੁਤ ਬਹੁਤ ਅੱਛਾ ਹੁਣ ਜਿੱਦਾਂ ਤੁਸੀਂ ਕਿਹਾ ਕਿ ਕੁੜੀਆਂ ਵਾਲੇ ਪਾਸੇ ਤੁਹਾਡਾ ਧਿਆਨ ਨਹੀਂ ਹੈ ਜ਼ਿਆਦਾ ਹੈ ਨਾ ਪਿੱਛੇ ਜੀ ਆਈ ਸੀ ਗੱਲ ਕਿ ਸਿੱਧੂ ਨੇ ਆਪਣੇ ਇੱਕ ਸ਼ੋਅ ਦੇ ਵਿੱਚ ਆਈ ਥਿੰਕ ਆਸਟ੍ਰੇਲੀਆ ਵਿੱਚ ਸ਼ੋਅ ਸੀਗਾ ਤੁਹਾਡਾ ਉਹ ਕਿੱਥੋਂ ਵਿਆਹ ਵਾਲੀ ਗੱਲ ਕੋਈ ਚੱਕੀ ਗਈ ਸੀ ਹੈ ਨਾ ਬੜਾ ਗਾਹ ਪਿਆ ਜੀ ਉਹਦਾ ਵੀ ਕਹਿੰਦੇ ਵਿਆਹ ਕਰਾਉਣਾ ਹੁਣ ਵਿਆਹ ਤਾਂ ਸਾਰਿਆਂ ਨੇ ਕਰਾਉਣਾ ਜੀ ਕੋਈ ਸਾਲ ਲੇਟ ਕੋਈ ਸਾਲ ਪਹਿਲਾਂ ਨਾ ਜੀ ਸਿੱਧੂ ਨੇ ਕਦੋਂ ਕਰਾਉਣਾ ਆਪਾਂ ਵੀ ਕਰਾ ਲੈਣਾ ਜੀ ਹੁਣ ਸਾਰੀਆਂ ਥੋੜੀਆਂ ਕਬੀਲਦਾਰੀਆਂ ਜੀ ਨੇ ਸਾਰੀਆਂ ਸਹੀ ਕਰਕੇ ਜੀ ਫਿਰ ਕਰਾਵਾਂਗੇ ਜੀ ਵਿਆਹ ਸਾਰੇ ਕਰਾਉਣਾ ਸਾਰਿਆਂ ਨੇ ਕਰਾਉਣਾ ਕਰੀ ਬੈਠਾ ਤੁਸੀਂ ਗਾਣਾ ਨਾ ਦਵਾ ਦਿਓ ਬਹੁਤ ਮਿਲੀ ਕਰੇ ਕਿਹੜਾ ਵਿਆਹ ਕਰਨ ਲੱਗਿਆ ਤੂੰ ਯਾਨੀ ਕਿ ਹੁਣ ਗੱਲ ਕਰਦੇ ਵੀ ਕਰਵਾਉਣੀ ਹੈ ਜੀ ਸਾਰਿਆਂ ਨੇ ਮੈਂ ਵੀ ਕਰਵਾਉਣਾ ਪਰ ਥੋੜ੍ਹਾ ਟਾਈਮ ਨਾਲ ਕਰਵਾ ਲਾਂਗੇ ਜਦੋਂ ਉਹ ਮਰਜ਼ੀ ਹੋਈ ਵਿਆਹ ਦੀ ਜੀ ਕਰਵਾ ਲਾਂਗੇ ਕੋਈ ਸੋ ਮੈਂ ਜਾਂਦੇ ਜਾਂਦੇ ਇੱਕ ਗੱਲ ਜ਼ਰੂਰ ਪੁੱਛਣਾ ਚਾਹਾਂਗੀ ਹੈ ਨਾ ਕਿ ਆਹ ਜਿਹੜਾ ਇੱਕ ਸਾਡੀ ਇੰਡਸਟਰੀ ਹੈ ਹੈ ਨਾ ਇੱਕ ਜਿਹੜੀ ਫੇਮ ਹੁੰਦੀ ਹੈ ਹੈ ਨਾ ਆਪਾਂ ਇਸ ਨੂੰ ਕਹਿੰਦੇ ਕਿ ਮੈਗਨਮ ਟਾਈਪ ਹੁੰਦੀ ਹੈ ਜੋ ਸਾਨੂੰ ਖਿੱਚਦੀ ਹੈ ਆਪਣੇ ਆਪ ਹਾਂਜੀ ਹਾਂਜੀ ਸਿੱਧੂ ਨੂੰ ਇਹ ਚੀਜ਼ਾਂ ਖਿੱਚਦੀਆਂ ਨੇ ਫੇਮ ਜੀ ਹਾਂ ਪਸੰਦ ਹੈ ਫੇਮ ਵੀ ਵਧੀਆ ਗੱਲ ਹੈ ਜੀ ਫੇਮ ਹੋਣਾ ਫੇਮਸ ਹੋਣਾ ਜੀ ਫੇਮ ਉਹੀ ਗੱਲ ਹੈ ਨਾ ਜੀ ਫੇਮ ਜੇ ਤੁਹਾਡੇ ਇਕੱਲਿਆਂ ਲਈ ਜਾਂ ਤੁਹਾਡੀ ਫੇਮ ਹੈ ਜੀ ਫੇਰ ਨਹੀਂ ਵਧੀਆ ਹੈਗੀ ਜੇ ਤੁਹਾਡੀ ਫੇਮ ਨਾਲ ਕਿਸੇ ਨੂੰ ਫਾਇਦਾ ਹੁੰਦਾ ਤਾਂ ਉਹ ਫੇਮ ਵਧੀਆ ਆਪਣੇ ਵਾਲੀ ਵਧੀਆ ਜੀ ਮੇਰੇ ਵਾਲੀ ਫੇਮ ਤਾਂ ਬਹੁਤ ਵਧੀਆ ਜੀ ਮੇਰੀ ਫੇਮ ਨੇ ਵਧੀਆ ਦੋ ਚਾਰ ਜਣਿਆਂ ਦੀ ਹੈਲਪ ਕੀਤੀ ਹੈ ਅਤੇ ਮੈਨੂੰ ਲੱਗਦਾ ਵੀ ਅੱਗੇ ਵੀ ਦੋ ਚਾਰ ਜਣਿਆਂ ਦੀ ਹੈਲਪ ਹੋਊਗੀ ਅਤੇ ਮੈਂ ਦੋ ਚਾਰ ਕਰਕੇ ਮੈਂ 100 'ਤੇ ਲੈ ਜਾਊਂਗਾ ਅਤੇ ਮੇਰੇ ਲਈ ਫੇਮ ਬਹੁਤ ਵਧੀਆ ਰਹੂਗੀ ਜੀ ਜੇ ਨਾ ਕਿਸੇ ਦੀ ਹੈਲਪ ਹੋਈ ਫੇਰ ਨਹੀਂ ਫੇਮ ਵਧੀਆ ਓਕੇ ਸੋ ਜਾਣੇ ਜਾਂਦੇ ਸਾਡੇ ਵਿਊਅਰਸ ਲਈ ਕੋਈ ਖਾਸ ਮੈਸੇਜ ਮੈਨੂੰ ਪਤਾ ਪ੍ਰੋਜੈਕਟਸ ਬਾਰੇ ਮੈਂ ਪ੍ਰੋਜੈਕਟਸ ਪੁੱਛੂਗੀ ਨਹੀਂ ਕਿ ਇਹਨਾਂ ਨੇ ਕਹਿਣਾ ਕਿ ਜੋ ਆਉਣਾ ਅੱਗੇ ਆ ਜਾਣਾ ਜੋ ਮੇਰਾ ਦਿਲ ਕਰੂਗਾ ਮੈਂ ਉਹੀ ਕੱਢੂੰਗਾ ਇਹੀ ਜਵਾਬ ਹੋਊਗਾ ਨਾ ਨਹੀਂ ਪ੍ਰੋਜੈਕਟ ਆ ਰਿਹਾ ਜੀ ਸੋਹਣੇ ਸੋਹਣੇ ਗਾਣੇ ਆ ਰਹੇ ਅਗਲੇ ਸੋਹਣੇ ਤਾਂ ਮੈਂ ਤਾਂ ਨਹੀਂ ਕਹਿੰਦਾ ਸੋਹਣੇ ਤੇ ਸੁਨੱਖੇ ਨਹੀਂ ਸੋਹਣੇ ਤੇ ਅੜਬ ਵਾਲੇ ਜਿਹੜੇ ਸਿਸਟਮ ਵੀ ਜਿਹੜਾ ਘੈਂਟ ਗਾਣੇ ਆ ਰਹੇ ਆ ਜੀ ਬਸ ਤੁਹਾਨੂੰ ਇਹੀ ਗੱਲ ਕਹਿਣਾ ਵੀ ਸੱਚੀਆਂ ਗੱਲਾਂ ਆ ਰਹੀਆਂ ਜੀ ਹੁਣ ਸੁਣ ਕੇ ਥੋੜ੍ਹਾ ਜਿਹਾ ਮੈਂ ਬ੍ਰੇਕ ਤਾਂ ਹੀ ਲਈ ਹੋਈ ਹੈ ਵੀ ਸੱਚੇ ਗੱਲਾਂ ਸੁਣਾ ਰਹੀ ਹਾਂ ਲੈ ਕੇ ਆ ਰਿਹਾ ਮੈਂ ਹਾਂ ਤਰੀਕੇ ਨਾਲ ਓਕੇ ਜਾਂਦੇ ਜਾਂਦੇ ਸਾਡੇ ਵਿਊਅਰਸ ਲਈ ਕੋਈ ਖਾਸ ਮੈਸੇਜ ਵਿਊਅਰਸ ਲਈ ਖਾਸ ਮੈਸੇਜ ਇਹ ਹੈ ਜੀ ਮੈਂ ਬੜਾ ਕੁਝ ਤਾਂ ਮੈਨੂੰ ਪਤਾ ਨਹੀਂ ਮੈਂ ਇੰਨਾ ਸਿਆਣਾ ਨਹੀਂ ਹੈਗਾ ਜੀ ਪਰ ਇੱਕ ਦੋ ਗੱਲਾਂ ਨੇ ਜੀ ਜਿਹੜੀਆਂ ਮੈਂ ਤੁਹਾਨੂੰ ਕਹਿਣੀਆਂ ਚਾਹੁੰਦਾ ਜੀ ਵੀ ਪਲਾਂ ਦੀ ਕੋਈ ਇੱਕ ਸਿੰਪਲ ਕੰਮ ਹੈ ਜੀ ਪਲਾਂ ਦੀ ਕੋਈ ਵੱਡਾ ਸਟਾਰ ਹੈ ਜੀ ਕੋਈ ਨੋਰਮਲ ਪਰਸਨ ਹੈ ਜੀ ਆਪਾਂ ਸਾਰੇ ਕਿਸੇ ਨਾ ਕਿਸੇ ਮਕਸਦ ਲਈ ਆਏ ਹਾਂ ਦੁਨੀਆ 'ਤੇ ਜੀ ਹੈ ਨਾ ਅਤੇ ਉਹ ਮਕਸਦ ਹੈਗਾ ਜੀ ਪਿਆਰ ਅਤੇ ਇਨਸਾਨੀਅਤ ਜੀ ਹੈ ਨਾ ਕੋਈ ਕੰਮ ਇੱਦਾਂ ਦਾ ਨਾ ਕਰੋ ਵੀ ਜਿਹੜੀ ਤੁਹਾਡੀ ਇਨਸਾਨੀਅਤ ਨੂੰ ਵਿਗਾੜ ਪਵੇ ਹੈ ਨਾ ਕਿਉਂਕਿ ਆਪਾਂ ਸਾਰੇ ਹੈ ਨਾ ਇੱਕੋ ਥਾਂ ਤੋਂ ਆਏ ਇੱਕੋ ਘਰ 'ਚੋਂ ਹੀ ਆਇਆ ਰੱਬ ਦੇ ਘਰ 'ਚੋਂ ਆਇਆ ਅਤੇ ਇਹ ਨਹੀਂ ਹੈਗਾ ਵੀ ਕਿਸੇ ਨੂੰ ਜਵਾਬ ਨਹੀਂ ਦੇਣਾ ਪਊਗਾ ਅਤੇ ਫਿਰ ਗੱਲ ਸਿਰਫ ਓਨੀ ਕੁ ਕਰਿਓ ਜਿਹੜੀ ਜ਼ਮੀਰ ਅਜਾਇਜ਼ 'ਚ ਹੁੰਦਾ ਜੀ ਅਤੇ ਬਾਕੀ ਪਿਆਰ ਮੁਹੱਬਤ ਨਾਲ ਰਹੋ ਜੀ ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ ਸਤਿ ਸ਼੍ਰੀ ਅਕਾਲ